अस्सलाम वालेकुम दोस्तों, आज तुहाडे वास्ते एक नवी वीडियो लैके आए हैं। इबरार भाई कोल असीं आए हैं तो माशाल्लाह इन्हां कोल तकरीबन 45 तों 50 पठोरा खला 2021 की कुरबानी ते लगण वाला। गुजारिश करांगा कि वीडियो आखिर तक वेखणी है। जिहड़े नवे दोस्त ने साडे इस चैनल लुडण मंडी पाकिस्तान दे, अगर हाले तक उन्हें साडे चैनल लुडण मंडी पाकिस्तान सबसक्राइब नहीं किया सबसक्राइब कर लो, नाल घंटी भी दबा लो ताकि हर नवी आने वाली वीडियो का नोटिफिकेशन तुहाडे तक पहुँचता रहे। तो हुण असीं उन्हां कोलों मालूमात लैणे आ कि खवा रहे हैं, किन्ने टोटल जानवर इन्हां कोल है ने। ਕੀ ਹਾਲ ਚਾਲ ਨੇ? ਅਲਹਮਦੁਲਿਲਾਹ। ਕਿਹੜਾ ਇਲਾਕਾ ਜੀ ਆਪਣਾ? ਹਾਸਲਪੁਰ। ਨਾਂ ਕੀ ਹੈ? ਅਬਰਾਰ ਸ਼ਾਹ। ਤੇ ਬੱਕਰੇ ਕਦੋਂ ਦੇ ਪਾਲਦੇ ਹੋ? ਸਰ ਤਕਰੀਬਨ ਇੱਕ ਸਾਡੇ ਯਾਨੀ ਕਿ ਬਚਪਨ ਦੇ ਮੇਰੇ ਵਾਲਦ ਸਾਹਿਬ ਦੇ ਤਜਰਬਾ ਹੈ ਅਤੇ ਨਾਲ ਅਸੀਂ ਯਾਨੀ ਕਿ ਸਾਨੂੰ ਨਾ ਪਾਲਿਆ, ਉਸ ਨਾਲ ਸਾਨੂੰ ਵੀ ਇਸ ਕੰਮ 'ਚ ਪਾ ਦਿੱਤਾ ਹੈ ਅਤੇ ਅਸਾਂ ਇਹ ਯਾਨੀ ਕਿ ਸ਼ੁਰੂ ਤੋਂ ਕੰਮ ਸਾਡੇ ਖਾਨਦਾਨੀ ਹੈ ਜੀ। ਬੱਕਰਿਆਂ ਦੇ ਬਾਰੇ 'ਚ ਕਿੰਨਾ ਕੁ ਜਾਣਦੇ ਹੋ? ਸਰ ਬੱਕਰੇ ਅਸੀਂ ਆਪ ਘਰ ਵੀ ਪਾਲਦੇ ਹਾਂ ਅਤੇ ਮੰਡੀਆਂ 'ਤੇ ਵੀ ਸੇਲ ਕਰਦੇ ਹਾਂ ਅਤੇ ਔਨਲਾਈਨ ਵੀ ਸੇਲ ਕਰਦੇ ਹਾਂ। ਅੱਛਾ ਜੀ, ਕਿੰਨੇ ਬੱਕਰੇ ਜੀ ਇਸ ਟਾਈਮ? ਇਹ ਤਕਰੀਬਨ ਆਪ ਕੋਲ 50 ਨਖਲ ਹੈ। ਬੱਕਰੀਆਂ ਵੀ ਹੈ ਨੇ ਜਾਂ ਨਹੀਂ? ਬੱਕਰੇ ਬੱਕਰੀਆਂ ਵੀ ਨਾਲ, ਪੱਠਾ ਵੀ ਨਾਲ ਤੇ ਬੱਕਰੇ ਵੀ ਨਾਲ ਨੇ। ਹਾਂ, ਬੱਕਰੀਆਂ ਨੇ ਤੇ ਨਾਲ ਪੱਠਾ ਵੀ ਮੌਜੂਦ ਹੈ ਤੇ ਕੋਈ ਪਠੋਰੇ ਵੀ ਹੈ। ਕਿਹੜੀ ਨਸਲ ਦੇ? ਸਰ ਇਹ ਪਿਓਰ ਦੇਸੀ ਨੇ। ਪਿਓਰ ਦੇਸੀ ਜੀ, ਮੱਖੀ ਚੀਨ। ਮੱਖੀ ਚੀਨ ਜੀ। ਅੱਛਾ ਸਰ, ਇਹ ਦੱਸੋ ਕਿ ਤੁਹਾਡੇ ਕੋਲ ਇਸ ਟਾਈਮ ਸੇਲ ਵਾਸਤੇ ਕਿੰਨੇ ਜਾਨਵਰ ਮੌਜੂਦ? ਸਰ ਇਸ ਵਕਤ ਸਾਡੇ ਕੋਲ ਤਕਰੀਬਨ 30-35 ਜਾਨਵਰ ਜਿਹੜੇ ਸਫਾਰ ਸੇਲ ਹੈ। ਅੱਛਾ, ਸੇਲ ਵਾਸਤੇ ਜਿਹੜੇ ਮੌਜੂਦ ਨੇ ਉਹਨਾਂ ਨੂੰ ਘਰ ਪਾਲਿਆ ਜਾਂ ਮੁੱਲ ਖਰੀਦੇ ਜੇ? ਸਰ ਉਹ ਮੁੱਲ ਖਰੀਦੇ ਹੋਏ। ਘਰ ਜਿਹੜੇ ਪਾਲਦੇ ਉਹ ਵੀ ਕੋਲ ਹੈ ਨੇ ਕੋਈ? ਜੀ, ਉਹ ਵੀ ਮੌਜੂਦ ਹੈ। ਅੱਛਾ, ਕਿੰਨੀ ਉਮਰ ਦਾ ਕਰਕੇ ਫੇਰ ਸੇਲ ਕਰਦੇ ਹੋ? ਸਰ ਤਕਰੀਬਨ ਅਗਰ ਜ਼ਰੂਰਤ ਦੇ ਮੁਤਾਬਿਕ, ਅਗਰ ਕੋਈ ਪੈਸੇ ਦੀ ਜ਼ਰੂਰਤ ਪੜ ਜਾਵੇ ਅਤੇ ਅਗਰ 8 ਮਹੀਨਿਆਂ ਦੇ ਹੋਵੇ ਜਾਂ ਦੁੰਦੇ ਹੋ ਜਾਵੇ ਅਗਲੀ ਕੁਰਬਾਨੀ ਤਾਂ ਯਾਨੀ ਕੁਰਬਾਨੀ ਦੇ ਨਜ਼ਦੀਕ ਤਾਂ ਫਿਰ ਵੀ ਸੇਲ ਕਰ ਦਿੰਦੇ ਹਾਂ। ਅੱਛਾ ਸਰ, ਹੁਣ ਇਹ ਦੱਸੋ ਕਿ ਤੁਸੀਂ ਬੱਕਰੇ ਨੂੰ ਯਾਨੀ ਕਿ ਮੇਰੀ ਫੈਟਿੰਗ ਕਰਨ ਵਾਸਤੇ ਇਹਨੂੰ ਗੋਸ਼ਤ ਬਣਾਉਣ ਵਾਸਤੇ ਕੀ ਦਿੰਦੇ ਹੋ? ਗੋਸ਼ਤ ਬਣਾ ਕਿਸ ਤਰ੍ਹਾਂ ਵਧਾਉਣ ਵਾਸਤੇ? ਅੱਛਾ, ਗੁੱਲੀ ਦਾਣਾ ਯਾਨੀ ਕਿ ਗੁੱਲੀ ਦਾਣਾ ਸਰ ਪੈਣੇ ਖੁਰਾਕ ਹੈ, ਛੋਲਾਂ ਦਾ ਡੱਕਰਾ ਉਹ ਇਹਨਾਂ ਦੀ ਖੁਰਾਕ ਹੈ ਯਾਨੀ ਕਿ ਪਾਲਣ ਵਾਸਤੇ, ਠੀਕ ਹੈ। ਅਤੇ ਹੋਰ ਵੀ ਇਹਨਾਂ ਦੀ ਖੁਰਾਕਾਂ ਨੇ ਉਹ ਵੀ ਤੁਸੀਂ ਸਾਨੂੰ ਪਾ ਸਕਦੀ ਯਾਨੀ ਕਿ ਮੋਟਾ ਕਰਨ ਵਾਸਤੇ। ਅੱਛਾ, ਜਗ੍ਹਾ ਹੀ ਦੇਖਣੇ ਪਏ ਜਿਹੜਾ ਮਾਸ਼ਾਅੱਲਾ ਛੋਟਾ ਜਿਹਾ ਤੁਸੀਂ ਸ਼ੈੱਡ ਬਣਾਇਆ ਦਾ, ਕਿੰਨੀ ਜਗ੍ਹਾ ਜੇ? ਇਹ ਤਕਰੀਬਨ ਦੋ ਮਰਲੇ, ਦੋ ਢਾਈ ਮਰਲੇ ਨੇ। ਦੋ ਢਾਈ ਮਰਲੇ ਦੇ ਵਿੱਚ ਇੰਨੀਆਂ ਬੱਕਰੀਆਂ ਆਸਾਨੀ ਨਾਲ ਰਹਿ ਲੈਂਦੀਆਂ ਨੇ? ਹਾਂ ਜੀ, ਆਸਾਨੀ ਨਾਲ ਰਹਿ ਲੈਂਦੀਆਂ ਨੇ। ਜਗ੍ਹਾ ਥੋੜ੍ਹੀ ਥੋੜ੍ਹੀ ਨਹੀਂ ਲੱਗਦੀ? ਸਰ ਬਸ ਥੋੜ੍ਹੀ ਵਧੈਸਾ ਹੈ, ਬਸ ਕੁਝ ਥੋੜ੍ਹੀ ਦੇਰ ਬਾਅਦ ਨਾ ਥੋੜ੍ਹੇ ਵਧੈਸਾ ਹੈ ਇਨਸ਼ਾਅੱਲਾ। ਅਤੇ ਫਿਲਹਾਲ ਇੱਥੇ ਕੀ ਕੰਮ ਚੱਲਦਾ? ਜੀ, ਇੱਥੇ ਕੰਮ ਚੱਲ ਰਿਹਾ। ਅੱਛਾ, ਆਨਲਾਈਨ ਸੇਲਿੰਗ ਕਿਵੇਂ ਕਰਦੇ ਹੋ? ਸਰ ਆਨਲਾਈਨ ਅਸੀਂ ਯਾਨੀ ਕਿ ਮੰਡੀਆਂ 'ਤੇ ਜਾਂਦੇ ਹਾਂ ਅਤੇ ਇਹ ਮੇਰੇ ਉਸਤਾਦ ਸਾਹਿਬ ਨੇ ਇਹ ਸਾਡੀ ਵੀਡੀਓ ਬਣਾਉਂਦੇ ਨੇ ਆਨਲਾਈਨ ਅਤੇ ਜਿਹੜੇ ਉਸਤਾਦ ਜਿਹੜੇ ਨਾ ਕਰਦੇ ਨੇ ਰਾਬਤਾ ਸਾਡੀ ਵੀਡੀਓ ਉਸਤਾਦ ਦੀ ਵਹਿੰਦੇ ਨੇ, ਚੈਨਲ ਤੋਂ ਸਾਡੀ ਵੀਡੀਓ ਵਹਿੰਦੇ ਨੇ, ਸਾਡਾ ਰਾਬਤਾ ਨੰਬਰ ਚੱਲ ਰਿਹਾ ਹੁੰਦਾ, ਸਾਡਾ ਰਾਬਤਾ ਇਹਨਾਂ ਨੂੰ ਚਾਹੀਦੇ ਤਾਂ ਸਾਡਾ ਰਾਬਤਾ ਕਰਦੇ ਨੇ। ਅੱਛਾ, ਤਾਂ ਫਿਰ ਤੁਸੀਂ ਭੇਜ ਦਿੰਦੇ ਜਾਂ ਉੱਥੋਂ ਆ ਖੜਦੇ? ਸਰ ਉਹ ਸਾਡੇ ਪਹਿਲੇ ਅਕਾਊਂਟ 'ਚ ਪੈਸੇ ਪਾ ਦਿੰਦੇ ਨੇ, ਉਸ ਤੋਂ ਬਾਅਦ ਜਿਹੜੇ ਨਾ ਅਸੀਂ ਇੱਥੇ ਬੱਸ 'ਤੇ ਲਦਾ ਦਿੰਦੇ ਹਾਂ, ਉਹਨੂੰ ਜਿਹੜੇ ਗੱਡੀ ਨੰਬਰ ਵੀ ਦੇ ਦਿੰਦੇ ਹਾਂ, ਡਰਾਈਵਰ ਨੰਬਰ ਵੀ, ਅਤੇ ਵੀਡੀਓ ਵੀ ਬਣਾ ਕੇ ਭੇਜ ਦਿੰਦੇ ਕਿ ਇਹ ਤੁਹਾਡੇ ਜਾਨਵਰ ਮਹਿਫੂਜ਼ ਆ ਰਹੇ ਨੇ। ਅੱਛਾ, ਕਿਹੜੇ ਉਸਤਾਦ ਹੁਣ ਵੀਡੀਓ ਬਣਾਉਂਦੇ ਜੀ? ਸਰ ਇਹ ਉਸਤਾਦ ਗੁਲਾਮ ਮੁਸ਼ਤਫਾ ਸਾਹਿਬ। ਠੀਕ ਹੋ ਗਿਆ, ਯਾਨੀ ਕਿ ਇਹਨਾਂ ਦਾ ਆਪਣਾ ਚੈਨਲ ਹੈ? ਜੀ, ਆਪਣਾ ਚੈਨਲ ਲੁੱਡਣ ਮੰਡੀ ਪਾਕਿਸਤਾਨ। ਲੁੱਡਣ ਮੰਡੀ ਪਾਕਿਸਤਾਨ ਜੀ, ਠੀਕ ਹੈ। ਇਸ ਟਾਈਮ ਜਿਹੜੇ ਤੁਹਾਡੇ ਕੋਲ ਬੱਕਰੇ ਨੇ ਜੀ, ਟੋਟਲੀ ਕਿੰਨੇ ਜੇ ਸੇਲ ਕਰਨ ਵਾਲੇ? ਤਕਰੀਬਨ 30-35 ਹੈ ਸਰ। 30-35 ਜੀ। ਕਿ ਸਭ ਤੋਂ ਜਿਹੜਾ ਸਸਤਾ ਉਹ ਕਿੰਨੇ ਦਾ, ਸਭ ਤੋਂ ਮਹਿੰਗਾ ਜਿਹੜਾ ਉਹ ਕਿੰਨੇ ਦਾ? ਸਰ ਇੱਥੇ ਮੁਕਤਲ ਰੇਂਜ ਦੇ ਖਲੋਤੇ ਨੇ, ਮੈਂ ਤੁਹਾਨੂੰ ਸਸਤੇ ਵੀ ਖਾ ਦਿੰਦਾ ਅਤੇ ਜਿਹੜੇ ਮਹਿੰਗੇ ਨੇ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ। ਤਕਰੀਬਨ ਬਿਲਕੁਲ ਸਸਤੇ ਵਾਲੇ ਜਾਨਵਰ ਯਾਨੀ ਕਿ ਸਾਡੇ ਕੋਲ ਮੌਜੂਦ ਨੇ, ਛੋਟੇ ਤੋਂ ਘੱਟ ਰੇਂਜ ਦੱਸ ਨਾ ਭਈ ਇਤਨੀ। ਇਹ ਤਕਰੀਬਨ ਇਹ ਆਪਾਂ ਜਿਹੜੇ ਨਾ 12-12 ਹਜ਼ਾਰ ਦੇ ਸਾਡੇ ਕੋਲ ਇਹ ਛੋਟੇ ਹਨ। ਸਭ ਤੋਂ ਛੋਟਾ 12 ਹਜ਼ਾਰ ਦਾ ਅਤੇ ਜਿਹੜਾ ਸਭ ਤੋਂ ਮਹਿੰਗਾ ਕਿੰਨੇ ਦਾ? ਸਭ ਤੋਂ ਮਹਿੰਗਾ ਤਕਰੀਬਨ ਇੱਥੇ 25-25 ਹਜ਼ਾਰ ਦੇ ਖਲਨ, 30-30 ਹਜ਼ਾਰ ਵਾਲੇ ਸਾਡੇ ਕੋਲ ਮੌਜੂਦ ਹੈ। ਜਿਹੜਾ 25-30 ਹਜ਼ਾਰ ਦਾ ਉਹਦੀ ਵਜ਼ਨ ਕਿੰਨਾ ਹੈ ਅਤੇ ਉਹਦੀ ਉਮਰ ਕਿੰਨੀ ਹੈ? ਉਹਦੀ ਤਕਰੀਬਨ ਉਮਰ 7-8 ਮਹੀਨੇ ਉਮਰ ਹੈ ਅਤੇ ਵਜ਼ਨ ਉਹਦੇ ਤਕਰੀਬਨ 30 ਕਿਲੋ ਹੈ ਗਿਆ। 30 ਕਿਲੋ? ਹਾਂਜੀ। ਅਤੇ ਜਿਹੜਾ 12 ਹਜ਼ਾਰ ਦਾ ਉਹਦਾ ਵਜ਼ਨ ਅਤੇ ਉਮਰ? ਉਹਦੇ ਤਕਰੀਬਨ ਵਜ਼ਨ ਇਤਨਾ ਕਿ ਉਹ ਸੀ ਕਿ 14-15 ਕਿਲੋ ਦਾ ਵਜ਼ਨ ਹੋਣਾ, ਠੀਕ ਹੈ। ਅਤੇ ਉਮਰ ਉਹਦੀ ਤਕਰੀਬਨ 2-3 ਮਹੀਨੇ ਹੋਣੀ। ਅੱਛਾ, ਜਿਹੜਾ ਤੁਸੀਂ ਬੱਕਰੀਆਂ ਨੂੰ ਡਿਲੀਵਰ ਕਰਦੇ ਹੋ ਕਿਤੇ ਭੇਜਦੇ ਹੋ ਗੱਡੀ 'ਤੇ ਜੀ, ਅਤੇ ਅਗਰ ਗੱਡੀ 'ਤੇ ਨੁਕਸਾਨ ਹੋ ਜਾਏ ਇਹਨਾਂ ਨੂੰ ਤਾਂ ਉਹ ਕਿੱਦਾਂ ਹੁੰਦਾ? ਸਰ ਉਹ ਤਾਂ ਫਿਰ ਅੱਲਾਹ ਦੀ ਮਰਜ਼ੀ ਹੁੰਦੀ ਹੈ, ਉਹ ਤਾਂ ਫਿਰ ਉਹ ਹੁਣ ਤਕਦੀਰ ਦਾ ਤਾਂ ਕੋਈ ਪਤਾ ਨਹੀਂ ਆਉਂਦਾ ਨਾ, ਅਤੇ ਉਹ ਫਿਰ ਉਹਨਾਂ ਦਾ ਹੀ ਆਉਂਦਾ, ਹੁਣ ਉਹ ਡਰਾਈਵਰਾਂ ਦੀ ਜ਼ਿੰਮੇ ਹੁੰਦੀ ਹੈ। ਠੀਕ ਹੋ ਗਿਆ। ਅੱਛਾ, ਕਦੇ ਇਸ ਤਰ੍ਹਾਂ ਹੋਇਆ ਕਿ ਤੁਸੀਂ ਬੱਕਰਾ ਕੋ ਭੇਜਿਆ ਹੋਇਆ ਅਤੇ ਅਗਲੇ ਨੇ ਵਾਪਸੀ ਕਰ ਛੱਡਿਆ, ਉਹਨੂੰ ਪਸੰਦ ਨਾ ਆਇਆ ਹੋਏ? ਸਰ ਇਸ ਤਰ੍ਹਾਂ ਨਹੀਂ ਹੋਇਆ ਕਦੇ। ਅੱਛਾ, ਕੁਝ ਲੋਕ ਆਖਦੇ ਨੇ ਕਿ ਬੱਕਰਾ ਨਹੀਂ ਸਹੀ। ਸਰ ਅਲਹਮਦੁਲਿਲਾ ਆਪਣਾ 5 ਸਾਲ ਤੋਂ ਆਨਲਾਈਨ ਕੰਮ ਚੱਲ ਰਿਹਾ, ਸਾਨੂੰ ਕੋਈ ਗਿਲਾ ਸ਼ਿਕਵਾ ਤੱਕ ਨਹੀਂ ਹੋਇਆ। ਅੱਛਾ, ਇਹ ਬੱਚਾ ਫੜਿਓ, ਇਹ ਪਠੋਰਾ ਆਇਆ, ਇਹ ਦਿਖਾਇਓ।
ਕਿੰਨੀ ਉਮਰ ਜੇ ਤੇ ਕਿੰਨੇ ਦਾ ਜੇ ਇਹ ਤਕਰੀਬਨ 5 ਮਹੀਨਾ ਦਾ ਬੱਚਾ ਹੈ ਅੱਛਾ ਲਾਟ ਦੀ ਸ਼ਕਲ ਚ ਦਿੰਦੇ ਹੋ ਜਾਂ ਸਿੰਗਲ ਸਿੰਗਲ ਵੇਚ ਦਿਓ ਇਸ ਤਰ੍ਹਾਂ ਸਰ ਜਿਹੜਾ ਲਾਟ ਲੈਂਦਾ ਉਹਨੂੰ ਅਲੱਗ ਲਾਟ ਦਾ ਰੇਟ ਇਕੱਠਾ ਲਾ ਦਿੰਦੇ ਆ ਅਗਰ ਕੋਈ ਅਲੱਗ ਲਵੇ ਤਾਂ ਉਹਦਾ ਰੇਟ ਅਲੱਗ ਲਾ ਦਿੰਦੇ ਆ ਅੱਛਾ ਹੁਣ ਪੂਰੀ 35 ਬੱਕਰੀਆਂ ਲਾਟ ਲਾਓ ਕੀ ਕਿੰਨਾ ਰੇਟ ਲਾਉਂਦੇ ਸਰ ਜਿਹੜਾ ਉਸਤਾਦ ਨਹੀਂ ਸੀ ਨਾ 35 ਬੱਕਰੀਆਂ ਦੀ ਲਾਟ 20,000 ਨੂੰ ਦੇ ਦੇ ਸਰ 20,000 ਫੀ ਨਾਲ ਫੀ ਨਾਲ ਉਹਦੇ ਵਿੱਚ ਛੋਟਾ ਵੀ ਨਾਲ ਮਿਕਸ ਹੀ ਠੀਕ ਹੈ 30 ਵਾਲੇ ਵਿੱਚ ਸਰ 30 ਵਾਲੇ ਦੇ ਵਿੱਚ ਤੇ 25 ਵਾਲੇ ਵੀ ਨਾਲ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਮਿਕਸ ਤੇ ਜਿਹੜਾ ਕਿਰਾਇਆ ਕਰੂ ਹੈ ਉਹ ਵੀ ਆਪਣੇ 'ਚ ਪਾਉਂਦੇ ਹੀ ਅਗਲੇ ਸਰ ਉਹਨਾਂ ਦਾ ਹੀ ਹੁੰਦਾ ਉਹਨਾਂ ਦਾ ਹੀ ਹੁੰਦਾ ਜੀ ਠੀਕ ਹੋ ਗਿਆ ਕੀ ਪੁੱਛਣਾ ਹੋਇਆ ਇਹਦੇ ਬਾਰੇ ਪੁੱਛ ਮਾਸ਼ਾਅੱਲਾ ਜੀ ਇਹ ਤੁਹਾਡੇ ਕੋਲ ਪਟੋਰਾ ਬੜਾ ਸੋਹਣਾ ਹੈ ਜੀ ਤੇ ਮੱਖੀ ਚੀਨਾ ਇਹਦੀ ਉਮਰ ਕਿੰਨੀ ਹੈ ਇਹ ਤਕਰੀਬਨ 2 ਤੋਂ 2.5 ਮਹੀਨੇ ਹੋ ਇਹ ਬਿਲਕੁਲ ਦੁੱਧ ਪੀਂਦਾ ਬੱਚਾ ਹੈ ਤੇ ਹੁਣ ਦੁੱਧ ਪੀ ਰਿਹਾ ਕਿ ਨਹੀਂ ਬਿਲਕੁਲ ਪੀਂਦਾ ਹੈ ਬੱਕਰੀ ਨਾਲ ਹੀ ਹੈ ਬੱਕਰੀ ਹੈ ਫਿਲਹਾਲ ਬੱਕਰੀ ਤੋਂ ਅਲੱਗ ਲਈ ਹੈ ਬੱਕਰੀ ਸਾਡੇ ਕੋਲ ਘਰ ਦੁੱਧ ਵਾਸਤੇ ਅੱਛਾ ਦੁੱਧ ਵਾਸਤੇ ਬੱਕਰੀ ਹੈ ਜੇ ਦੁੱਧ ਪੀਂਦਾ ਬੱਚਾ ਹੋਵੇ ਉਹਨੂੰ ਬੱਕਰੀ ਲਿਹਾ ਦਿੰਦੇ ਆ ਤੇ ਇਹਦੀ ਕੀ ਕੀਮਤ ਜੇ ਸਿੰਗਲ ਦੀ ਮناسب ਜਿਹੜੀ ਮناسب ਜੀ ਇਹ ਜਿਹੜਾ ਦੋਸਤ ਲੈਣਾ ਚਾਹੇ 16,000 ਦਾ ਦੇ ਦੇਸਾਂ 16,000 ਦਾ ਜੀ ਅੱਛਾ ਜਿਹੜੇ ਲੋਕ ਤੁਹਾਡੇ ਕੋਲ ਬੱਕਰੀ ਖਰੀਦਦੇ ਨੇ ਉਹ ਈਦ ਦੀ ਗੋਸ਼ਤ ਵਾਸਤੇ ਖਰੀਦਦੇ ਨੇ ਜਾਂ ਬਰੀਡਰ ਸਰ ਕੋਈ ਬਰੀਡਰ ਵਾਸਤੇ ਯਾਨੀ ਕਿ ਆਪਣੇ ਬੱਕਰੀਆਂ ਵਾਸਤੇ ਕੋਈ ਸ਼ੌਕ ਵਾਸਤੇ ਰੱਖਦੇ ਨੇ ਕਿ ਕੋਈ ਅਗਲੀ ਯਾਨੀ ਕੁਰਬਾਨੀ ਦੇ ਵਾਸਤੇ ਰੱਖਦੇ ਨੇ ਯਾਨੀ ਕਿ ਖੱਸੀ ਕਰਾ ਕੇ ਉਹਨਾਂ ਨੂੰ ਪਾਲ ਕੇ ਫਿਰ ਕੁਰਬਾਨੀ ਤੇ ਕਰਦੇ ਨੇ ਤੇ ਅਗਲੀ ਬੱਕਰਾ ਈਦ ਤੱਕ ਕਮ ਸੇ ਕਮ ਕਿੰਨਾ ਵਜ਼ਨ ਕਰ ਸਕਦਾ ਬੱਚਾ ਇਹ ਬੱਚਾ ਵੇ ਤੇ ਇਹ ਹੱਦ ਤੋਂ ਜ਼ਿਆਦਾ ਕਰ ਸਕਦਾ ਕਿਹਨੂੰ ਆਖਦੇ ਸਰ ਅੱਛੀ ਖੁਰਾਕ ਗੁੱਲੀ ਦਾਣਾ ਹੋ ਗਿਆ ਜਿਹੜੇ ਗੁੱਲੀ ਜੋ ਹੁੰਦੀ ਹੈ ਜਿਹੜੇ ਇਸ ਬੋਲ ਦਾ ਛਿਲਕਾ ਹੁੰਦਾ ਜੀ ਬਿਲਕੁਲ ਉਹ ਹੋ ਗਿਆ ਜਿਹੜਾ ਦਾਣਾ ਜਿਹੜਾ ਆਪਾਂ ਗੰਦਮ ਪੈਨੇ ਆ ਦੂਸਰਾ ਛੋਲਾਂ ਦਾ ਡੱਕਰਾ ਹੋ ਗਿਆ ਚਨੇ ਦਾ ਖੁਰਾਕ ਤੇ ਚੋਕਰ ਵੀ ਨਾਲ ਪਾਉਂਦੇ ਨੇ ਚੋਕਰ ਜਿਹੜਾ ਹੁੰਦਾ ਉਹ ਵੀ ਇਹਨਾਂ ਦੀ ਖੁਰਾਕ ਹੈ ਇਹਨਾਂ ਨੂੰ ਇੱਥੇ ਤੱਕ ਹੀ ਰੱਖ ਦਿਓ ਜਾਂ ਚਰਾਈ ਵਗੈਰਾ ਵੀ ਕਰਾਉਂਦੇ ਸਰ ਚਰਾ ਹੁਣ ਚਰਾ ਕੇ ਆਇਆ ਅੰਦਰ ਲਾਇਆ ਨਾ ਮੌਸਮ ਥੋੜਾ ਖਰਾਬ ਹੈ ਤੇ ਇਸ ਵਜ੍ਹਾ ਤੋਂ ਅੰਦਰ ਲਾਇਆ ਚਰਾਈ ਜ਼ਰੂਰੀ ਹੈ ਇਹਨਾਂ ਵਾਸਤੇ ਜੀ ਇਹਨਾਂ ਵਾਸਤੇ ਚਰਾਈ ਜ਼ਰੂਰੀ ਹੈ ਅੱਛਾ ਲਾਸਟ ਤੇ ਹੁਣ ਆਪਣਾ ਨੰਬਰ ਬੋਲੋ ਜਾ ਕੇ ਜਿਹੜੇ ਲੋਕ ਤੁਹਾਡੇ ਖਰੀਦਣਾ ਚਾਹਣ ਉਹ ਖਰੀਦ ਸਕਣ ਜੀ 0300 ਪੂਰਾ 830 9936 ਫਿਰ ਬੋਲੋ 0300 ਪੂਰਾ 830 9936 ਠੀਕ ਹੈ ਸਰ ਬਹੁਤ ਸ਼ੁਕਰੀਆ ਅੱਲਾ ਹਾਫਿਜ਼